ਕਿਰਪਾ ਕਰਕੇ ਕੈਮਰੇ ਤੇ ਕੁਝ ਨਹੀਂ ਕਰਨਾ ਦੂਸਰੇ ਪਾਸੇ ਖੇੜੀ ਚਾਲਾਂ ਜੀ ਸਾਰੇ ਬੂਰ ਬਾਹਰ ਹੋ ਜਾਣ ਹੱਥ ਬੰਨ ਕੇ ਹੋਏ ਤੇ ਰੋ ਗਰਾਉਂਡ ਤੋਂ ਬਾਹਰ ਹੋ ਜਾਣ ਬਹੁਤ ਬੜਾ ਧੰਨਵਾਦ ਹੈ ਰਾਜਾ ਸੰਗਰੂਰ ਵਾਲਾ ਹਰਵਿੰਦਰ ਵਰਗੇ ਜੀਤ ਲਓ ਜੀ ਮੈਚ ਪਲੇ ਹੋ ਗਿਆ ਸਾਡੀ ਜ਼ਿੰਦਗੀ ਦੇ ਮੁਹੰਮਦ ਜੀ ਵੈਲਕਮ ਬਾਈ ਜੀ ਉਹਨਾਂ ਵੀਰਾਂ ਵੱਲੋਂ ਖੁੱਲੇ ਸੱਦੇ ਆ ਔਰ ਕੱਲ ਨੂੰ ਸੰਗਰੂਰ ਦੇ ਵਿੱਚ ਰੌਣਕਾਂ ਲੱਗ ਰਹੀਆਂ ਹੈ ਤੇ ਨਾਲ ਫਿਰ ਮੈਂ ਦੇਖਣਾ ਵੀ 27 ਤਰੀਕ ਨੂੰ ਅੰਸਰਾਣਾ ਪਿੰਡ ਹੈ ਮੁੰਡਿਆਂ ਦਾ ਯੂਪੀ ਦੇ ਵਿੱਚ ਰੌਣਕਾਂ ਨੇ ਨਾਲ ਸਾਡਾ ਵੀਰ ਨੇ ਤੇ ਢਾਲ ਵਾਲੇ ਖੜੀ ਵਰਗੇ ਸੋਢੀ ਵਰਗੇ ਉਹਨਾਂ ਵੱਲੋਂ ਖੁੱਲੇ ਸੱਦੇ ਆ ਵਰਿੰਦਰ ਵੈਲਕਮ ਜੀ 27 ਤਰੀਕ ਨੂੰ ਮਰਦਾ ਹੇੜੀ ਵਾਲਾ ਅੰਗਰੇਜ਼ ਕਹਿੰਦਾ ਵੀ ਆਪਣੇ ਪਿੰਡ ਰੌਣਕਾਂ ਲਾਉਣੀਆਂ ਨੇ ਤੇ ਬੱਲੇ ਬੱਲੇ ਹੋਵੇਗੀ ਤੇ 29 ਤਰੀਕ ਨੂੰ ਔਰ ਚੋਮੋ ਦੇ ਵਿੱਚ ਫਿਰ ਚੁੱਲ੍ਹਿਆਂ ਤੋਂ ਅੱਗ ਨਿਕਲੂ ਤੇ 30 ਤਰੀਕ ਨੂੰ ਫਤਿਹਗੜ੍ਹ ਪੰਜ ਗੜਾਈਆਂ ਤੇ 31 ਤਰੀਕ ਆਓ ਮੇਲਾ ਭੱਜਿਆ ਆ ਰਿਹਾ ਲੰਡੇ ਕਿਆ ਨਾ 8 ਤਰੀਕ ਨੂੰ ਫਿਰ ਵੀ ਕਲਾਰਾ ਵਾਲਾ ਲੱਕੂ ਖੁੱਲੇ ਸੱਦੇ ਲਾ ਰਿਹਾ ਹੈ ਵੀਰ ਦੇ ਸ਼ਰੀ ਵਰਗੇ ਆਪਣੀ ਪ੍ਰਧਾਨ ਵਰਗੇ ਸੀਰੇ ਵਰਗੇ ਖੁੱਲੇ ਸੱਦੇ ਲਾ ਰਿਹਾ ਹੈ ਵੀ 8 ਤਰੀਕ ਨੂੰ ਕਲਾਰਾ ਦੇ ਵਿੱਚ ਦੋ ਬਾਰੋਂ ਦਾ ਵੱਡਾ ਮੇਲ ਖੇੜਾ ਹੈ ਇਹ ਆਪਣਾ ਵਾਲੇ ਮੇਲੇ ਹੈ ਉਹ ਭਾਈ ਰਾਮਕੋਟ ਦੇ ਵਿੱਚ ਵੀ ਰੌਣਕਾਂ ਲੱਗ ਰਹੀਆਂ ਪਿਛੋ ਤੋਂ ਵੈਲਕਮ ਵੀਰ ਵੀ ਗੱਲਾਂ ਹੋ ਰਹੀਆਂ ਆਓ ਦੋਸਤ ਦਾ ਫੇਰੇ ਟੁੱਟਿਆ ਜਾ ਕਹਿ ਦੋ ਸਹਿਬਾ ਨੂੰ करनाल ਨਾਲ ਮੈਂ ਵੇਖਣਾ ਵੀ ਚੱਲ ਮੈਂ ਗੱਭਰੂ ਹੈ ਜਿਹਦੀ ਫੈਨ ਫੋਲੋਇੰਗ ਬੜੀ ਹੈ ਮੇਰੇ ਵੀਰ ਸੁਣਦਾ ਕਿਹਦਾ ਪੈਰ ਹੈ ਬਹਾਦਰ ਗੜੀ ਰਵੀ ਨੂੰ ਪਲਾ ਕੌਣ ਨਹੀਂ ਜਾਣਦਾ ਤੇ ਦੁਨੀਆ ਦੇ ਵਿੱਚ ਗੱਲਾਂ ਆਪ ਸਾਡੇ ਵੱਡੇ ਬਾਈ ਦੀਆਂ ਵੱਡੀਆਂ ਨੇ ਤੇ ਤਮਾਮਾਂ ਨੇ ਸਾਡੇ ਵੱਡੇ ਵੀਰ ਦੇ ਲਈ ਵੀ ਜਿਹੜੇ ਵੇਖਦੇ ਨਹੀਂ ਮੁੱਲ ਉਹ ਜ਼ਮੀਰ ਦਿੱਤੇ ਨੇ ਤੇ ਸਾਨੂੰ 6-6 ਫੁੱਟੇ ਦਾਦੇ ਨੇ ਸਰੀਰ ਦਿੱਤੇ ਨੇ ਬਹਾਦਰ ਗੜੀਆ ਰਵੀ ਆਇਆ ਹੋਇਆ ਨਾਲ ਉਧਰ ਮੈਂ ਵੇਖਦਾ ਵੀ ਮੁੰਡੇ ਪਹੁੰਚੇ ਹੋਏ ਰਾਮਪੁਰ ਰਾਮਪੁਰ ਵੀ ਆਇਆ ਭਰਾ ਸਾਡਾ ਨਾਲ ਮੈਂ ਦੇਖਦਾ ਵੀ ਨੰਦਗੜੀਆ ਧੱਤੂ ਖੇਡਦਾ ਤੇ ਭਲਵਾਨ ਵਰਗੇ ਮੁੰਡਿਆਂ ਦੀ ਆਓ ਗੱਲਬਾਤ ਵੱਡੀ ਹੈ ਰਾਮਪੁਰ ਜਦੋਂ ਪੋਸਟ ਪਾਉਂਦਾ ਨਾ ਤੇ ਇਹ ਤਹਿਸੀਲ ਪਿੰਡ ਕੋਟੀ ਭਰਾਵਾ ਘਰ ਵੀ ਦੱਸ ਦਿੰਦਾ ਵੀ ਕਿੱਥੋਂ ਇਹ ਗਰਾਊਂਡ 'ਚ ਮੇਲਾ ਜਿੱਤਿਆ ਹਾਂ ਬਾਈ ਕਰ ਲੈਣਾ ਕੈਮਰਾ ਖੇੜੀ ਵਾਲੇ ਰਾਮਪਾਲ ਦੀਆਂ ਆਓ ਚੱਕ ਜਹਾਨ ਹੁੰਦੀ ਹੈ ਪਰ ਇਧਰ ਕਾਲਾ ਸਰਵਿਸ ਕਰਨ ਦੇ ਲਈ ਫਿਰ ਤੋਂ ਚਾਰ ਵਾਰ ਤਿਆਰ ਹੈ ਗਰਾਊਂਡ ਨੰਬਰ 3 ਦੇ ਵਿੱਚ ਮੈਚ ਬੜਾ ਸੋਹਣਾ ਖੇਡਿਆ ਜਾ ਰਿਹਾ ਹੈ ਜਿਹੜੀ ਸਾਈਡ ਮੈਂ ਦੇਖਦਾ ਵੀ ਮੁੰਡਾ ਢਿੱਲੋਂ ਲਾਈ ਵੀ ਕਰਦਾ ਹੈ ਉਹ ਸਾਈਡ ਰਾਜਸਥਾਨ ਦੀ ਟੀਮ ਹੈ ਤੇ ਜੱਸੇ ਨੂੰ ਭਲਾ ਕੌਣ ਨਹੀਂ ਜਾਣਦਾ ਜਿਹਦੀ ਚੜ੍ਹਾਈ ਅੱਤਰੀ ਹੈ ਲੱਟੂ ਦਾ ਬਾਂਟੀ ਵਰਗੇ ਜੱਸੀ ਵਰਗੇ ਤੇ ਗੱਲਾਂ ਕਹਿੰਦੇ ਛਿੱਟਦੀਆਂ ਨੈੱਟ ਦੇ ਉੱਤੇ ਮੁੰਡਾ ਹੈਂਡਲ ਖੇਡਦਾ ਜ਼ਿੰਦਗੀ ਦਾ ਪਿਆਰਾ ਮਿੱਤਰ ਹੈ ਇਧਰ ਮੈਂ ਦੇਖਦਾ ਵੀ ਸਹਿਜਗੜ੍ਹ ਦੀ ਟੀਮ ਦੇ ਲਈ ਦੁਨੀਆ ਦੇ ਵੱਡੇ ਮਾਲ ਆਏ ਹੋਏ ਆ ਖੇਡ ਦੇ ਗਰਾਊਂਡਾਂ ਦੇ ਅੰਦਰ ਗਰਾਊਂਡ ਨੰਬਰ 4 ਦੇ ਵਿੱਚ ਵੀ ਮੈਚ ਮੇਰੇ ਵੀਰ ਲੋਕਰ ਦਾ ਤੇ ਟੀਮ ਧੌਲ ਮਾਜਰੇ ਦੀ ਨਾਲ ਖੇਡ ਰਹੀ ਹੈ ਗੱਲਾਂ ਬਾਤਾਂ ਵੀ ਵੱਡੀਆਂ ਨੇ ਪਰ ਗਰਾਊਂਡ ਨੰਬਰ 1 ਦੇ ਵਿੱਚ ਜਿਹੜੀ ਕਹਿੰਦੇ ਅੱਖ ਟਿਕੀ ਹੋਈ ਆ ਲੋਕਾਂ ਦੀ ਹੁਣ ਗੱਲਾਂ ਬਾਤਾਂ ਮੇਰੇ ਵੀਰ ਐਨ ਟਿਕਾਣੇ ਲੱਗ ਰਹੀ ਹੈ ਖੇਡ ਦੇ ਗਰਾਊਂਡ ਦੇ ਅੰਦਰ ਵੀ ਸੱਸ ਸਹੁਰੇ ਨੰਦਾਂ ਤੋਂ ਆਓ ਮੈਨੂੰ ਮਿਲਦਾ ਪਿਆਰ ਬਥੇਰਾ ਮਾਹੀ ਮਿਲ ਸ਼ਰਾਬੀ ਗਿਆ ਤਾਂ ਨਹੀਂ ਭੁੱਲਦਾ ਜੇਦਾ ਤੇਰਾ ਪੂਰੀ ਦੁਨੀਆ ਤੋਂ ਪਰਦਾ ਵੇ ਬਸ ਇੱਕ ਤੈਨੂੰ ਦੱਸਦੀ ਆ ਆ ਗਹਿਣੇ ਵੇਖ ਕੇ ਤੇ ਕਾਰ ਦੇਖ ਕੇ ਕਹਿਤਾ ਕਿ ਮੈਂ ਸੌਖੀ ਵਸਦੀ ਆ ਆ ਗਹਿਣੇ ਵੇਖ ਕੇ ਤੇ ਕਾਰ ਦੇਖ ਕੇ ਕਹਿਤਾ ਸੌਖੀ ਵਸਦੀ ਆ ਗੱਲਾਂ ਲਾਲ ਹੀਰੇ ਨੇ ਕਰੀਆਂ ਜਿਹਦਾ ਚਾਨਕ ਪਿੰਡਾਂ ਦੇ ਵੀ ਆਓ ਦੁਨੀਆ ਪਿਆਰ ਕਰਦੀ ਹੈ ਨਹੀਂ ਬਾਈ ਕਾਲਾ ਦੂਸੀ ਨਹੀਂ ਆਇਆ ਬਾਈ ਉਹਨਾਂ ਦੇ ਅੰਦਰ ਜਿਹੜੀ ਟੀਮ ਗਰਾਊਂਡ ਨੰਬਰ 3 ਦੇ ਵਿੱਚੋਂ ਜਿੱਤ ਗਈ ਤੇ ਖੇਡੂ ਦਰਸ਼ਕ ਵੀਰੋ ਮਹਿਲ ਖੁਰਦ ਦੇ ਨਾਲ ਪਰ ਇਧਰ ਮੁੰਡੇ ਦੇ ਨੰਬਰ ਬਾਈ ਕਾਲਾ ਦੂਸੀ ਤਾਂ ਨਹੀਂ ਆਇਆ ਆਪਣੀ ਟੀਮ ਨੇ ਹੈਲੋ ਕਾਲਾ ਦੂਸੀ ਤਾਂ ਨਹੀਂ ਆਇਆ ਨਹੀਂ ਵੀਰੇ ਆਇਆ ਨਹੀਂ 7 ਤੇ 5 ਦੀ ਟੱਕਰ ਜਿਹੜੀ ਗਰਾਊਂਡ ਨੰਬਰ 1 ਦੇ ਵਿੱਚ ਹੈ 7 ਨੰਬਰ ਜਿਹੜੇ ਸਹਿਜ ਦੇ ਪਿੰਡ ਦੇ ਮੁੰਡਿਆਂ ਦੇ ਆ ਔਰ 5 ਨੰਬਰ ਮੈਂ ਵੇਖਦਾ ਵੀ ਰਾਮਕੋਟ ਦੀ ਟੀਮ ਦੇ ਆ ਮੁੰਡੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚੋਂ ਚੱਲ ਕੇ ਆਏ ਆ ਜਿਹੜੀ ਧਰਤੀ ਦੇ ਕਹਿੰਦੇ ਮੇਰੇ ਵੀਰ ਗਰਨਾ ਭੁੱਲਰ ਵਰਗਿਆਂ ਨੂੰ ਜਨਮ ਦਿੱਤਾ ਤੇ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਕਮਲਪੁਰ ਉਹ ਮੁੰਡਾ ਵੀ ਵਾਲੀਬਾਲ ਤਕੜੀ ਖੇਡਦਾ ਰਿਹਾ ਆਪਣੇ ਏਰੀਆ ਦੇ ਵਿੱਚ ਪਰ ਅੱਜ ਕੱਲ੍ਹ ਗਾਇਕੀ ਦੀਆਂ ਗੱਲਾਂ ਹੁੰਦੀਆਂ ਨੇ
खेड के ग्राउंडा के अंदर पर मैच सिरे का खेडा जा रहा है। गल्लां बातां वड्डियां ने भी उमरां ने छोटियां ते कारनामे वड्डे है। आओ कहंदे ते कहाउंदे कंडे पहलियां जो कट्टे पूरे खेलनी डाटर जे फिरनी चढ़दी जवानी हिका आओ फिर ठार दी शेरू का मैच हो चुके एक बार अगले राउंड का जो हो दस दूंगा भरा मेरा ओ मुंडे बहुत वधिया भाई सारे भी शेयर कर दो यार भाई जी आओ जी मैल खरदा वाले मुंडे ग्राउंड नंबर 3 ते आ जान मैल खरदा मैं का रायसर की टीम है रायसर वाले मुंडे जीत गए है आओ जी मैल खरदा मैं का जोनप्रीत भी ने वेलकम रायसर की टीम के नाल 3 नंबर ग्राउंड के पटाके पैन गए जी जानती को सहारनपुर टूर्नामेंट में जा रहा है तो लावी भाई जरूर मर्जी खिलाड़ी आज रायकोट की टीम का दूजे पासे आम मुंडा कहते स्पीड का किंग ढोना है पंजाब के बड़े मेले जीते है एक साल अलकड़ा के बड़े खेड मेले का मुंडा है कूलर का जेतू बनिया है पटाके पहनगे पर लंबे लंबे जे वाले बिगड़ गया तो दस्या बहुत तंग करूंगा ये बड़िया बड़िया टीमां नूं हराउण दा कम रखदा है रिंकू सभ्या होया आ मुंडा हरियाणे वाला किन्ना टाइम खेल रहा है चोर ही लाई जाता है ये भी मुंडे की सिफत है भी किन्ना टाइम खेल रहा है चोर हदों वध ही लाई आता है पर जे आ फेर गया ना आ मुंडा दियां वाला ਕ੍ਰਿਸ ਗੇਲ ਆ ਮੁੰਡੇ ਦੀ ਕਹਿੰਦੇ ਗੇਮ ਬੜੀ ਤਗੜੀ ਹੈ
चोटी का मैच है, बिल्कुल बराबरी की टक्कर है। भी अज टक्करे ने हाणियां नूं हाण मित्रो, आओ भगदा नूं इक्को चुके हाण मित्रो, राजा खेला जी, महात्मा जी वेलकम। चार तीन चार कुक नहीं करनाल दे तीन भाइयों के शेरू बालोर भाई वेलकम, शेरू सॉरी साजू भाई वेलकम। पटाके फुल पै रहे ने पूरे जी, पक्की आ गए ने मुंडे, बैयाल पिंड दा चोटी आ गया, महल खुरद वाला मैदान आ गया, तीन नंबर ग्राउंड दे विच राय सर दे दसे रूपियां जल्दी वेलकम भाई। लवप्रीत मार कर रहा है, आ भी दस्या जे अज मेला जित गया ते लवप्रीत भगड़े पाऊगा, और जे कोई गल निकी होगी ते पिंडा ने लवप्रीत नूं बोलन नहीं देना, ए भी गल पक्की है। आई उपर लाइव वाला किन्ना ना है भाई, वालीबॉल कच्ची लाइव पे है भाई। उधर सभी जिंदगी का बहुत प्यारा मोहन गुजर भाई वेलकम, साडा बड़ा भरा भाई जोगिंदर राज कनेडा वो भी लाइव जुड़े हैं, ते वीर दा बहुत बड़ा धन्यवाद है। चलो दबावा ने साडे बड़े भी वेलकम भाई, रासक भाई वेलकम, मेल महला वेलकम भाई। चार नंबर ग्राउंड दे जेड़े वीर नेड़े ने जाल दे अंदर बैठे है भाई, भाई जी जाल तो बाहर हो गए, कमेटी वाले वीर ने अपन जुड़ना आखना पे अपना उदो बोलना वीर की हुक्म ने गोले अपा दे, मेरा वीर बन के सारे वीर जाल तो बाहर हो गए जी। गर्मी भावे होंगी जापती है पर सामने देख भी मुड़ तो मुड़की हो गया, आओ लगे जोर भाई शेरू तो आया बागड़ी ने आया भाई, जसे दा तीन ते भाई वालीबॉल शूटिंग ऑन फायर, जसन जैल वेलकम वीरे वेलकम, जसन वेलकम जरा मर्जी आज कोई सीनियर खिलाड़ी हैडी शर्मा क्लब कैने की टीम है जी, भाई जी प्रशादा पानी जेड़ा 10 मिनट होर चलना वीरे, और उस तो बाद प्रशादा पानी बंद किया जाएगा, ये वीर सारे नोट कर रहे हैं, कमेटी वाले वीर ने भी अब्दुल सलीम सलाम भाई वेलकम भाई, आओ जल्दी के नाल वीर बन के प्रशादा पानी छक लो जेड़े वीर ने नहीं छके जी, कहने वाली है परम भाई जी मैं राजाक भाई वेलकम भाई, भाई शेरू का मैच पहुंच के दस देने भाई जी, बहुत धन्यवाद का होगी मैच शुरू भाभी ग्राम सुन रहे भाभी, मैच बहुत तगड़ा लगना वे कम से दो हफ्ते खेलिया जाना है, आप पटाके जड़े पूरे पहन के जल्दी दे नाल रविंदर रंधा अबरे वेलकम शुरू कर लिए, ग्राउंड नंबर 1 ते भी टीमा मेरे बहुत ज्यादा अबरे गंगा उस भाई ਖੁੱਲੀ ਆਉਂ ਤੇ ਛੁੱਟੀ ਸ਼ਾਸਤਰੀ ਦਾ ਮੈਂ ਜੋ ਬਹੁਤ ਤਗੜਾ ਲੱਗਣਾ ਟੀਮਾਂ ਉੱਤੇ ਵੀ ਆ ਜਾਣ, ਪਰ ਜਿਹੜਾ ਮੈਚ ਹੁਣ ਗਰਾਊਂਡ ਨੰਬਰ 3 ਤੇ ਲੱਗਣਾ
पटाके पैणगे बिना आगे निकल रही है गलां बातां हो गईयां वालीबाल शूटिंग है भाई ठोलिया आल चाया सनी ते आप दे जिहड़े मेरे मित्रों कैमरे फोकस है ते ढिल्लो हुण ते पक्की गल्लां वी पैर ही होणगे संदीप आदमी वेलकम भाई वेलकम ਉਹ ਵੀ ਮੋਟਰਸਾਈਕਲ ਜਿੱਤੀ ਬੈਠਾ ਸ਼ਹਿਰਾਂ ਦੇ ਵਿੱਚੋਂ ਤੇ ਆ ਮੁੰਡਾ ਪਹਿਲਾ ਮੋਟਰਸਾਈਕਲ ਜਿੱਤ ਕੇ ਤੇ ਦੁਨੀਆ ਦਾ ਮਹਾਨ ਬਣ ਗਿਆ ਬਈਆਂ ਦਾ ਚੌਂਟੀ ਹੈ ਆ ਵੀ ਕਰ ਦਈਏ ਸ਼ੁਰੂ ਮੈਚ ਵੀਰ ਜੀ ਆ ਪਟਾਕੇ ਵਾਲਾ ਮੈਚ ਹੈ ਜਿਹੜਾ ਮੈਚ ਹੁਣ ਪਿੰਡ ਤੇ ਸ਼ੁਰੂ ਹੋਣ ਲੱਗਿਆ ਹੈ ਗਰਾਊਂਡ ਨੰਬਰ 2 ਤੇ ਵੀ ਅਗਲੀਆਂ ਟੀਮਾਂ ਜਿਹੜੀਆਂ ਤਿਆਰ ਰਹਿਣ ਜੀ ਮੇਰੀ ਬੇਨਤੀ ਹੈ ਜੀ ਬਈ ਕੌਣ ਜਿੱਤ ਗਿਆ ਗਰਾਊਂਡ ਨੰਬਰ 4 ਚੋਂ ਜੀ क्वार्टर होने हले ਪਹਿਲਾਂ 30 ਹੋਣੀਆਂ ਜਿਹੜਾ ਜਲਦੀ ਹੋਈ ਕੰਮ ਹੋ ਰਿਹਾ ਕੁਆਟਰ ਚੱਲਣਾ ਵਸਾਂ ਇਸ ਤੋਂ ਬਾਅਦ ਇਹ ਕੌਣ ਚੱਲੇ ਤੀਸਰਾ ਰਾਉਂਡ ਹੈ ਸ਼ਾਇਦ ਥਰਡ ਰਾਉਂਡ ਹੈ ਨਾ ਬਾਈ ਦੀਪੂ ਵੈਲਕਮ ਵੀਰੇ ਵੈਲਕਮ ਕੁਆਟਰ ਬਾਈ ਇਸ ਤੋਂ ਬਾਅਦ ਆ ਕੁਆਟਰ ਇਸ ਤੋਂ ਬਾਅਦ ਫਿਰ ਆ ਕੇ ਮਿਲ ਜਾਏਗਾ ਅੱਛਾ ਨਹੀਂ ਇਸ ਰਾਉਂਡ ਦੇ ਬਾਅਦ ਆ ਕੇ ਮਿਲ ਜਾਏਗਾ ਅਜੇ ਕਾਸ਼ਿਪ ਵੈਲਕਮ ਅਜੇ ਵੀਰੇ ਲਾਓ ਸਾਹਮਣੇ ਖੇਡਦੇ ਗਰਾਊਂਡ ਦੇ ਅੰਦਰ ਆਪਣਾ ਆ ਗੋਪਾ ਆਇਆ ਨਹੀਂ ਵੀਰੇ ਆਇਆ ਨਹੀਂ ਲਾਓ ਸਾਹਮਣੇ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਜਿਹੜੀ ਟੀਮ ਆ ਗਈ ਆ ਪਿੰਡ ਵਾਲੇ ਪਾਸੇ 3 ਨੰਬਰ ਗਰਾਊਂਡ ਦੇ ਵਿੱਚ ਰਾਏਸਰ ਪਿੰਡ ਆ ਮੇਰੇ ਮਿੱਤਰੋ ਜਿਹੜੇ ਬਰਨਾਲੇ ਦਾ ਇੱਕ ਵੱਡਾ ਪਿੰਡ ਆ ਚੰਨਣਵਾਲ ਠੀਕਰੀਵਾਲ ਰਾਏਸਰ ਦੇ ਲਾਗੇ ਲਾਗੇ ਰਹਿੰਦੇ ਬੜੇ ਪ੍ਰਸਿੱਧ ਪਿੰਡ ਨੇ ਆ ਮੁੰਡੇ ਪਿਆਰ ਪਿੰਡ ਆ ਆ ਚੰਪੀਆ ਮੁੰਡਾ ਕਹਿੰਦੇ ਦੁਨੀਆ ਵਾਲੀਵਾਲ ਦਾ ਪ੍ਰਿੰਸ ਕਹਿੰਦੀ ਆ ਨਾਲ ਕੌਣ ਆ ਇੱਕ ਅਜਮੇਰ ਸਿੰਘ ਵੀਰੇ ਵੈਲਕਮ ਗੁਰਦੁਆਰਾ ਨਵਾਬ ਆ ਆ ਬੱਲੇ ਬੱਲੇ ਹੋ ਗਿਆ ਲਾਰੀ ਬਾਈ ਤਾੜੀ ਤੁੜੀ ਦਾ ਮਾਰੋ ਇਹ ਮੈਚ ਦਾ ਨਜ਼ਾਰਾ ਆਵਾ ਆ ਪਟਾਕੇ ਪੈ ਗਿਆ ਇਧਰ ਪਿੰਡ ਵਾਲੇ ਪਾਸੇ ਰਾਏਸਰ ਸੈਂਟਰ ਤੇ ਦਸਾਂ ਮੁੰਡਾ ਕਹਿੰਦੇ ਗਿੱਲ ਪਰਿਵਾਰ ਦਾ ਹਾਏ ਹਾਏ ਪਾਸੇ ਬੰਟੀਆ ਰਾਏਸਰ ਦਾ ਕੋਪਰ ਖੱਬੇ ਪਾਸੇ ਬੰਟੀ ਦੇ ਪਿੱਛੇ ਪਿੰਡਾਂ ਮੁੰਡਾ ਗਿੱਲ ਹਵੇਲੀ ਵਾਲਾ ਔਰ ਨਾਲ ਆਓ ਬੱਲੇ 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 ਇਹ ਆ ਦਸਾਂ ਵੀ ਤੂੰ ਕਾਨੂੰ ਵੀ ਚਾੜਦੀ ਤੂੰ ਗਿੱਲ ਨੂੰ ਵੀ ਚਾੜਦੀ ਬੱਟੀਏ ਮਜਾ ਚੜੇ ਗਿੱਲ ਨੂੰ ਨਹੀਂ ਜਾਣਦੀ फिर भाने सामने कोई हो ਮਨਮਾਨੀ ਰਾਜੇ ਖੋਲੇ ਹੱਥ ਪਾਸੇ ਆ ਲੁੱਟੀਆਂ ਪਾਉਗੀ ਫਿਰੇ ਜਵਾਨੀਆਂ ਲੁੱਟੀਆਂ ਪੈਰੀਆਂ ਹਾਲੇ ਤੇ ਸ਼ੁਰੂਆਤ ਹੋਈ ਆ ਤੇ ਚੰਪੀ ਆ ਲੋਕਾਂ ਨੂੰ ਪਤਾ ਨਹੀਂ ਲੱਗਾ ਬੱਲੇ 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 ਆ ਦੇ ਮੇਰੇ ਮਿੱਤਰੋ ਸੁਲਤਾਨ ਸ਼ਰਮਾ ਵੈਲਕਮ ਜੀ ਨੂੰ ਮਾਰੀ ਮੋਟੀ ਓ ਹਵਾ ਦੇ ਲਹਿਰ ਦੇ ਸਾਸੂ ਤੇ ਲਹਿਰ ਦੋ ਬੱਲੇ 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 ਆ ਵੀ ਕਿੰਨੇ ਹੋਏ ਅਮ੍ਰਿਤ ਬਾਈ ਅਮਿਤ ਬਾਈ ਵੈਲਕਮ ਤਿੰਨ ਹੋ ਗਏ ਕਾਲੀ ਕਿੰਨੇ ਹੋ ਗਏ ਨੰਬਰ ਕੌਣ ਹੋ ਤਿੰਨ ਉੱਪਰ ਇਧਰਲੇ ਪਾਸੇ ਖਾਤਾ ਨਹੀਂ ਕਰਿਆ ਵੈਲਕਮ ਜੀ ਤਿੰਨ ਨੰਬਰ ਹੋ ਗਏ ਨੇ
ਹਾਂਜੀ ਸਰ ਭਾਈ ਇੱਕ ਨੰਬਰ ਗਰਾਊਂਡ ਦੇ ਵਿੱਚ ਪਾਣੀ ਪਹੁੰਚਦਾ ਕਰ ਦਿੱਤਾ ਜਾਵੇ ਮੇਰੀ ਬੇਨਤੀ ਹੈ ਸਾਡੇ ਭਰਾਵਾਂ ਨੂੰ ਗਰਾਊਂਡ ਨੰਬਰ 1 ਦੇ ਵਿੱਚ ਬੈਠ ਦੱਸਦੇ ਵੀਰੇ ਪਹੁੰਚਦਾ ਕਰ ਦਿੱਤਾ ਜਾਵੇ ਮੇਰੀ ਬੇਨਤੀ ਹੈ ਔਰ ਇੱਧਰ ਵੀ 4 5 ਦੇ ਵਿੱਚ 6 5 ਵੀਰੇ 6 ਗੁਗਨੀ ਦੂਸਰੇ ਪਾਸੇ 5 ਮੈਚ ਖੇਡਿਆ ਜਾ ਰਿਹਾ ਹੈ ਇੱਕ ਟੀਮ ਆਈ ਹੈ ਮੈਲ ਖੁਰਦ ਪਿੰਡਾ ਮੋਟਿਆਂ ਦਾ 6 5 ਜੀ ਦੇਗੀ ਗਰਾਊਂਡ ਨੰਬਰ 1 ਤੇ ਵੀ ਮੈਚ ਬਹੁਤ ਤਗੜਾ ਹੈ ਵੈਲਕਮ ਜੀ ਵੈਲਕਮ ਸਭ ਦਾ ਬਹੁਤ ਚੁੱਟੀ ਦਾ ਪਰ ਇਧਰ ਪਹਿਲੇ 4 ਨੰਬਰ ਜਿਹੜੇ ਰਾਏਸਰ ਦੀ ਟੀਮ ਦੇ ਖਾਤੇ ਜੁੜ ਗਿਆ ਹੈ ਅੱਜ ਬੰਟੀ ਦਾ ਬਾਪੂ ਵੀ ਆਇਆ ਹੋਇਆ ਹੈ ਸਰਦਾਰ ਜਗਤਾਰ ਸਿੰਘ ਜੀ ਵਧੀਆ ਬਾਈ ਸੁਲਤਾਨ ਵਧੀਆ ਬਾਬ ਤੁਸੀਂ ਦੱਸੋ ਫੇਰ ਪੁੱਤ ਸ਼ੇਰ ਬਣ ਕੇ ਦਿਖਾਵੇ ਐਨ ਚੁੱਟੀ ਦਾ ਨਹੀਂ ਇਧਰ 2 ਨੰਬਰ ਇਹ ਯਾਰ ਦੇ ਵੀ ਰਿਸ਼ਤੇਦਾਰ ਮਾਨ ਤੀਜਾ ਰਾਉਂਡ ਆ ਜੀ ਬੱਬੂ ਵੀਰੇ ਤੀਜਾ ਗੁਣ ਬਿਨਾ ਕੋਈ ਨਹੀਂ ਕਿਸੇ ਨੂੰ ਜਸੇ ਨਾ ਵਾਲੀਬਾਲ ਸ਼ੂਟਿੰਗ ਆ ਉਹਨੂੰ ਫਾਇਰ ਤੇ ਚੱਲਦਾ ਸਾਡੇ ਪਲੇਅਰ ਬਣ ਗਏ ਨਾਮ ਉੱਚਾ ਹੋ ਗਏ ਸਾਰੇ ਖਾਨਦਾਨ ਦਾ ਚਾਰ ਦੂਜੀ ਟੀਮ ਹੈਗੀ ਆ ਭਰਾ ਖੇੜੀ ਚਾਲ ਖਾਤਾ ਖੋਲਦਾ ਨਹੀਂ ਦੀਦਾ ਆਓ ਦੱਸਾ ਫੇਟਾ ਪੂਰਾ ਨਵੀ ਬਾਈ ਜੇ ਹੁਣ ਤੱਕ ਮੈਂ ਜਸੇ ਦਾ ਮੈਚ ਵੀਰੇ 3 ਨੰਬਰ ਤੇ ਚੱਲ ਰਿਹਾ ਭਰਾ ਬਜੀਤ ਤਾਰੀ ਦਾ ਮਾਰੋ ਯਾਰ 3 ਨੰਬਰ ਗਰਾਊਂਡ ਦੀ ਵਾਲੀਬਾਲ ਸ਼ੂਟਿੰਗ ਆ ਔਰ ਫੇਰ 1 ਨੰਬਰ ਗਰਾਊਂਡ ਤੇ ਵੀ ਮੈਚ ਬੜਾ ਤਗੜਾ ਹੈ ਇੱਕ ਪਾਸੇ ਸਹਿਰੇ ਦਾ ਵੀ ਉਹ ਟੀਮ ਤੇ ਜਿਹੜੇ ਫਾਜ਼ਲ ਕੇ ਦਾ ਬੜਾ ਲਾਈਵ ਚੱਲ ਰਿਹਾ ਵੀਰੇ ਬਲਜੀਤ ਮੈਚ ਉਧਰ ਵੀ ਟਿਕਾਣੇ ਦਾ ਬਰਾਬਰੀ ਦੀ ਟੱਕਰ ਹੈ ਕੌਣ ਵਾਲੀਬਾਲ ਸ਼ੂਟਿੰਗ ਆ ਔਰ ਫੇਰ ਸਿੱਖੂਗਾ ਇਹ ਸ਼ੱਕ ਤੇ ਰਹਿਣੀ ਆ ਮੇਲਾ ਕਰਮ ਕਰਦਾ ਆਓ ਭੱਕ ਤੇ ਪੈਣੀ ਆ ਚੁੱਪੀ ਆ ਗਾ ਬੱਲੇ 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 ਹਾਏ ਰਬਾ ਮੇਰਾ ਕਰੇ ਕੀ ਵਿਚਾਰਾ ਨੇਤਾ ਜਾਂਦਾ ਵਿਚਾਰੇ ਆਓ ਬੱਲੇ ਬੱਲੇ ਅੱਜ ਤੇ ਭੁੱਖੇ ਹਰੇ ਹੋਈ ਆਉਂਦੇ ਆ ਅੱਜ ਤੇ ਮੁੰਡਿਆਂ ਦੇ ਭੁੱਖੇ ਹਰੇ ਹੋਏ ਆਉਂਦੇ ਆ 4 ਤੋਂ 5 ਕੌਣ ਕਰਦਾ ਔਰ ਨਾਲ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਉਧਰ ਸਾਡੇ ਵੀਰ ਧਾਲੀਵਾਲ ਜੀ ਯੂਐਸਏ ਵਾਲੇ ਉਹਨਾਂ ਵੱਲੋਂ ਇਹਨਾਂ ਦੋਨਾਂ ਦਾ ਵੱਡਾ ਮਾਣ ਕੀਤਾ ਜਾਣਾ ਹੈ 1100 ਦੀ ਨਗਦ ਰਾਸ਼ੀ ਦੇ ਨਾਲ ਮੈਂ ਤੇ ਦਿਲੋਂ ਧੰਨਵਾਦ ਕਰਦਾ ਹਾਂ ਵੱਡਾ ਮਾਣ ਸਨਮਾਨ ਜਿਹੜਾ ਇਹਨਾਂ ਪੰਜਾਬੀ ਬੋਲਾਂ ਦਾ ਕੀਤਾ ਜਾਵੇਗਾ ਸਾਡੇ ਵੀਰ ਧਾਲੀਵਾਲ ਜੀ ਯੂਐਸਏ ਵਾਲੇ ਉਹਨਾਂ ਵੱਲੋਂ ਵੱਡੇ ਮਾਣ ਜਿਹੜੇ ਕੀਤੇ ਜਾਣਗੇ ਰਾਵੀ ਰਾਜ ਦੇ ਰਸੀ ਕਰਾ ਤੇਰੀ ਟੱਪੇ ਦੇ ਬੜੇ ਰੁਪਏ ਲੱਗਦੇ ਆ 10 ਦਾ ਨੰਬਰ ਕਿੰਨੇ ਕਿੰਨੇ ਹੋ ਗਏ ਉਧਰ ਸੰਗੀਤ ਦੇ ਨਾਲ ਉਧਾਰ ਖੜਾ ਕਹਿੰਦਾ ਜੇ ਬਹਾਦਰ ਵੀ ਆ ਰੰਗ ਲਗਾਤਾਰ ਟੂਰਨ ਫਰੈਸ ਮਾਰਦਾ ਤੇ ਢਿੱਲਵਾਲਾ ਮੁੰਡਾ ਸੰਗੀਤ ਕਹਿੰਦਾ ਵੀ ਆਪਣੇ ਵੱਲੋਂ 500 ਰੁਪਏ ਲਾ ਲੇਗਾ ਚਿਰਾਗ ਪਟੇ ਜੀ ਵੈਲਕਮ ਪਰ ਗਰਾਊਂਡ ਨੰਬਰ 10 ਦੇ ਵਿੱਚ ਆਓ ਲੋਕਾਂ ਦੇ ਅੰਦਰ ਗਿਆ ਹਰ ਸਿੰਘੀ ਸਾਡਾ ਵੀਰ ਹੈ ਚੰਡੀਗੜ੍ਹੀਆ ਦਸਾ ਸਿੰਗਲੈਂਡ ਮਾਰ ਕੇ ਜਿੰਨੀ ਪੈਂਟ ਜੋੜਦਾ ਉਹਨੇ 100 ਔਰ ਜੰਪੀ ਸੁੱਖਾ ਸਾਡਾ ਵੀਰ ਕਹਿ ਰਿਹਾ ਚਾਂਗਲੀ ਵਾਲਾ ਜੰਪੀ ਜਿੰਨੀਆਂ ਸਮੈਸ਼ਾਂ ਮਾਰਦਾ ਹੈ ਨਵਾਬ ਜਿੰਨੀਆਂ ਸਮੈਸ਼ਾਂ ਮਾਰਦਾ ਹੈ ਤੇ ਰਾਏਸਰ ਦਾ ਦਸਾ ਜਿੰਨੇ ਸਿੰਗਲੈਂਡ ਦੇ ਨਾਲ ਟੱਪੇ ਪਾਵੇਗਾ ਉਹਨੇ 100 ਚਾਂਗਲੀ ਦੇ ਸੁੱਖ ਵਲੀਆਂ ਦਿੱਤੇ ਜਾਣਗੇ ਵੱਡੇ ਮਾਣ ਹੋਣਗੇ ਆਓ ਬਈਵਾਲੀਆ ਜੰਪੀ ਆਪ ਮੁੰਡੇ ਦੀ ਦੁਨੀਆ ਬਾਲੀਵਾਲ ਦਾ ਪ੍ਰਿੰਸ ਕਹਿੰਦੀ ਹੈ ਪਰ ਪ੍ਰਦੀਪ ਇਹ ਕੱਲਾ ਕੀ ਕਰ ਸਕਦਾ ਆਹ ਕੱਲਾ ਬੰਦਾ ਦੇ ਆਪਣੇ ਆਪ ਨੂੰ ਘੁੱਟ ਕੇ ਜੱਫੀ ਵੀ ਨਹੀਂ ਪਾ ਸਕਦਾ ਇਹਦਾ ਸਾਥ ਦੇਣਾ ਪੈਣਾ ਹੈ ਉਹਨਾਂ ਦਾ ਜਿਹੜਾ ਸਾਥ ਦੇਣਾ ਔਰ ਹਾਂਜੀ ਇਹ ਗੱਲਾਂ ਦਾ ਤੇ ਹੋਰ ਕਿਤੇ ਟਿਕਾਣੀ ਲੱਗਣਗੀ ਹੈ ਆਹ ਗਰਾਊਂਡ ਨੰਬਰ 2 ਵਾਲੀਬਾਲ ਸ਼ੂਟਿੰਗ ਆਨ ਫਾਇਰ ਵੀਰੇ ਸਾਊਂਡ ਸੁਣਾ ਖੇਡਿਆ ਜਾ ਰਿਹਾ ਹੈ ਟੀਮਾਂ ਇਧਰ ਵੀ ਚੰਗੀਆਂ ਨੇ ਔਰ ਗਰਾਊਂਡ ਨੰਬਰ 10 ਦੇ ਵਿੱਚ ਲੋਕਾਂ ਦੀ ਵੀ ਉਹਦੇ ਅੱਖ ਟਿੱਕੀ ਹੋਈ ਹੈ ਵੀ ਮੁੰਡੇ 1 ਨੰਬਰ ਖੋਲਗੇ ਫੇਰ ਖਾਤਾ ਖੋਲਗੇ ਤੇ ਫਿਰ ਬਰਾਬਰੀ ਤੇ ਆਉਂਦੇ ਆ ਆਓ ਪਾਰਾ ਟਾਈਮ ਨਹੀਂ ਲੱਗਣਾ ਖੇਡ ਦੇ ਮੈਦਾਨ ਦੇ ਅੰਦਰ ਔਰ ਮੈਚ ਬਹੁਤ ਚੋਟੀ ਦਾ ਇਧਰ ਦੱਸਾਂ ਰਾਏਸਰ ਵਾਲਾ ਜੇ ਚੰਪੀ ਦੇ 2 ਬਾਲਾਂ ਲਾ ਗਿਆ ਵਾਲੀਬਾਲ ਸ਼ੂਟਿੰਗ ਆਨ ਫਾਇਰ ਲੱਗਣੀਆਂ ਚਾਹੀਦੀਆਂ ਤੇ ਨਰਤਾ ਆਕਾਸ਼ ਕੈਨੇਡਾ ਵਾਲਾ ਸਾਡਾ ਵੀਰ ਕਹਿੰਦਾ 500 ਦੇਵਾਂਗੇ ਆਪਾਂ ਚੰਡੀਗੜ੍ਹ ਦੀ ਟੀਮ ਵੱਲੋਂ ਔਰ ਨਵਾਬ ਸਮੈਸ਼ ਮਾਰਦਾ ਤੇ 1 ਸਮੈਸ਼ ਦਾ 200 ਦਿੱਤਾ ਜਾਵੇਗਾ ਵੱਡੇ ਮਾਣ ਵਾਲੀ ਗੱਲ ਹੈ ਪਲੇਅਰਾਂ ਦੇ ਪਲੇਅਰ ਜਦ ਮਾਣ ਕਰਦੇ ਆ ਤੇ ਦਿਲ ਖੁਸ਼ ਹੁੰਦਾ 2 ਨੰਬਰ ਗਰਾਊਂਡ ਤੇ ਵੀ ਮੈਚ ਚੋਟੀ ਦਾ ਖੁਖਲੀ ਕਰਨਾਲ ਦਾ ਪੇਚਾ ਬਾਬਾ ਜੋਗੀ ਪੀਰ ਖੇੜੀ ਦੀ ਟੀਮ ਦੇ ਨਾਲ ਪਿਆ ਹੋਇਆ ਹੈ 1 ਨੰਬਰ ਗਰਾਊਂਡ ਤੇ ਰਾਮਕੋਟ ਦੇ ਸਹਿਰੇ ਦਾ ਮੈਚ ਆ ਆਓ ਕਦੇ ਮੇਰੇ ਮਿੱਤਰੋ ਪਟਾਕੇ ਪੈ ਰਹੇ ਆ ਕਰੇ ਨਾ ਗਰਾਊਂਡ ਰਾ ਵਾਲੀਬਾਲ ਸ਼ੂਟਿੰਗ
ਔਨ ਫਾਇਰ ਸਿੱਧਣੇ ਦੇ ਚਾਲ ਤੇ ਕਰੀ ਧੀਮਾਨ ਜਵਾਚਿੰਗ ਚਾਪੀਆਂ ਦਾ ਰੇਟ ਪੁੱਛਣਾ ਜਿੰਨੇ ਵੀ ਸਰਾਬੇ ਦੀ ਕਿਤਾਬ ਨਹੀਂ ਪੜੀ ਤੇ ਢਲੋ ਤਾਰੇ ਪੈਰ ਛੱਡ ਦੇ ਨਿਸ਼ਾਨ ਜਿੱਤਦੇ ਆ ਦਲੀਏ ਦੇ ਚੇਲੇ ਅਫਗਾਨ ਜਿੱਤਦੇ ਰਾਏ ਸਰਵਾਲਿਆ ਭਾਵੇਂ ਦੁਨੀਆ ਜਿੱਤ ਲਈ ਜੇ ਆ ਭਾਜੀ ਨਾ ਨਾ ਬੁੜੀ ਤੇ ਲੋਕਾਂ ਤੋਪ ਕਹਿਣੋ ਹਟ ਜਾਣਾ ਇਹ ਗੱਲ ਪੱਕੀ ਆ ਆਓ ਬਦਲਾ ਲੈਣਾ ਪੈਣਾ ਸੌਂਟੀ ਪੇਟਾ ਆ ਗਿਆ ਫੇਰ ਬੱਲੇ ਬੱਲੇ ਹੋ ਗਈ ਆ ਮੇਰੇ ਮਿੱਤਰੋ ਗਰਾਉਂਡ ਨੰਬਰ 3 ਦੇ ਲੋਕੋ ਰੌਲਾ ਰੌਲਾ ਨਾ ਪਾਵੇ ਵੀਰੇ ਜੱਗੀ ਤੇਜੇ ਬੈਲ ਗੰਭੀਰੇ ਨਾ ਚੁੱਪੀ ਆ ਗਿਆ ਫੇਰ ਵਾਹੇ ਸਰਦਾਰਾ ਮੈਂ ਵੀ ਪੈਰ ਵਸੀ ਕਹਿੰਦੇ ਆ ਯਾਰ ਨੰਬਰ ਕਿੰਨੇ ਕਿੰਨੇ ਹੋਵੇ ਦੱਸ ਯਾਰ ਕਿੰਨੇ ਕਿੰਨੇ ਪੈਣਾ ਹੈ ਰਾਓ 6 ਇੱਕ 6 ਨੰਬਰ ਨੇ ਰਾਏ ਸਰ ਦੀ ਟੀਮ ਦੇ ਇੱਕ ਪੁਆਇੰਟ ਆ ਮੈਲ ਖਰਦਾਲੇ ਭਾਈ ਮੈਂ ਕਮੈਂਟ ਕਰਤਾ ਲਵਦੀਪ ਵੀਰੇ ਕਮੈਂਟ ਦੱਸਤ ਕਰਤਾ ਮੈਂ ਉਹਨੂੰ ਮਾਰ ਬੜਾ ਤੇਰੀ ਖੇਡ ਦੇ ਵਾਲੀਬਾਲ ਸ਼ੂਟਿੰਗ ਆਨ ਫਾਇਰ ਆ ਵੀਰੇ ਬੱਲੇ ਬੱਲੇ ਕਾਵੇ ਤੈਨੂੰ ਫੇਰ ਮੰਨੀਏ ਔਰ ਸਾਹਮਣੇ ਆ ਲਾਉਂਦਾ ਇੱਕ ਤੇ 6 ਦੀ ਟੱਕਰ ਆ ਨਾ ਵੀ ਪੀਤੇ ਕਿਧਰ ਰਸ ਕਿੰਨੇ ਕਿੰਨੇ ਪੁਆਇੰਟਾ ਵੱਡੇ ਭਾਈ इतिहास रचिया पर गल्लां बातां वड्डियां ने खेड दे ग्राउंडां दे अंदर खास बन गए असी खेल रहे मन भर चावे जी तेरे भी टाइम पास बन गए इन लोग हथों टुट जान का आओ साडे भी रिवाज मंडिया तू भी साडा भी असी नहीं हुटते रहे टुट गई दुनिया कहे मेरे मित्रों खाफ कहती है राय सर वाले तोप कहती है नाले खाफ कहती है हां भाई रवि दा मैच है रवि दा मेरे पॉइंट राजविंदर सबोगे रवि दूसरे पासे भाई ਨਰਤੇਜ ਹੰਸ ਸਾਡਾ ਪਾਈ ਹੈ ਔਰ ਬਈਆ ਨੇ ਚੌਂਟੀ ਦਾ ਹਰ ਇੱਕ ਪੈਰ ਭੱਲੇ 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 ਇਹ ਆ ਮੇਰਾ ਵਾਲਾ ਨਵਾਬ ਨਾਰੀ ਬਾਈ ਯਾਰ ਨਵਾਬ ਲਈ ਤਾਰੀ ਦਾ ਮਾਓ ਜਿਹਨੇ ਆਹ ਬਾਲ ਦੇਖੀ ਆ ਉਹਨੂੰ ਦੁਨੀਆ ਉੱਡਣਾ ਸੱਪ ਕਹਿੰਦੀ ਆ ਸੁੱਖਾ ਚੰਦ ਆਪਣੇ ਵੱਲੋਂ ਸੌ ਦਿੱਤਾ ਜਾਣਾ ਵੱਡੇ ਸ਼ਹਿਰ ਕਰਦੇ ਮਿੱਤਰਾ
इधरले पासे मेरे मित्रों बड़ा जो मुकाबला खेला जा रहा है। टीम दो नंबर ग्राउंड से भी बहुत जोर ला रही ने। इतने किन्ने किन्ने पॉइंट? 12-7 जी। 12 नंबर है खुखड़ी करनाल की टीम दे और 7 नंबर बाबा जोगी पीर खेड़ी की टीम दे है। 7 नंबर खेड़ी दे जी, 12 नंबर खुखड़ी करनाल और 1 नंबर वेलकम भाई क्लियर। दोनों टीमों को वेलकम भाई। बढ़िया हो गया ने भाई 12-7 स्कोर ने मनप्रीत। 12 खुखड़ी करनाल, 7 खेड़ी।13-12 एक नंबर ग्राउंड थोड़ी ज्यादा डिस्टर्बेंस होंगी खिलाड़ियों बाकी जिम्मे थोड़ी सहमति है। 13-12 की टक्कर है। साउंड ऑफ इवान ग्राउंड पर एक दो की बहुत ज्यादा है। अच्छा मैच कड़ा हैगा भी है। वॉलीबॉल शूटिंग ऑन फायर। मेरा व्यू पॉइंट के साउंड वाले व्यू को देखती है जी। थोड़ी जी घट कर रहे। 13-12 की टक्कर है। 13 नंबर ने जड़े आओ साइड में भी ए टीम दे 12 नंबर रामकोट वाले मुंडिया दे आ आज के सारे बड़े भाई दा पिंडा रामकोट जिथों आ मुंडे चल के आए आ एक टीम बड़ी है। मेरे मित्रों घर दा रास्ता तय करूगी गल पक्की है। 13-14 मैं भी दसे दुनिया तेनू भी पटा मल कहती है बड़ी स्पीड आ तेरे पुटा दे विच नंबर 14 जुड़ गया मेनू लगदा 14-12 की टक्कर है। लास्ट नंबर आओ मेरी बेनती है जी फुल्लीवाल चुप्पी शास्त्री ए टीम आ जान। फुल्लीवाल चुप्पी शास्त्री दीम ग्राउंड नंबर एक उधर नंबर जरा लास्ट है इधर पर कली कली हथ खड़ी है 3 नंबर ग्राउंड से भी कौन जितूगा छोटी लोगों हाले पता नहीं लग्या। आओ भले 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 बड़े मान वाली गल दोनों टीम खुले फरनाले दियां ने लैवी बोला अपने खुखड़ी करनाल दे नाल जांदा ते मार वाली गल है। मेरी बात सुनी जांदे वधिया बहुत टॉपरियां टीमां ने मोटे शेयर कर दे भरा दोनों टीम वाले दोनों टीम वाले लाइव देख रहे हैं अपना अपना एक बेला भी खुले फरनाले दा हां भगत सिंह बाजवा अपने बंदे नाल गल होई गुरने नाल पॉइंट जोड़दा जी ਉਹਨਾਂ ਨਾਲ ਗੱਲ ਹੋਈ 3 ਬਾਲਾਂ ਦਾ 2100 ਦੱਸਾਂਗੇ 3 ਬਾਲਾਂ ਲਗਾਤਾਰ ਯਾਰ ਪੁੱਛੀ ਤੂੰ 3 ਬਾਲਾਂ ਦੇ ਪੁਆਇੰਟ ਜੋੜਦਾ ਤੇ ਬੁੱਧ ਸਿੰਘ ਬਾਜਵਾ ਮਾ ਕਰ ਲਈ ਗੱਲ ਬੜਾ ਪਿਆਰ ਹੈ ਦੱਸੇ ਦੇ ਨਾਲ ਭਰਾ ਕੇ ਨਾ 2100 ਦੇਵਾਂਗੇ ਆਪਾਂ ਵੱਡੇ ਮਾਰ ਹੋਣਗੇ ਭਾਈ ਜੀ ਫੁੱਲੀਆਲ ਤੇ ਖੁੱਪੀ ਵਾਲੇ ਮੁੰਡੇ ਆਓ ਜੀ ਪਹਿਲਾਂ ਕੌਣ ਜਿੱਤ ਗਿਆ ਉੱਥੋਂ ਹਾਈਟ ਉੱਪਰ ਕਰਕੇ ਬਾਈ ਕੈਮਰਾ ਕਰਦਾ ਵੀਰੇ ਤੂੰ ਮੇਰੇ ਮੋਢੇ ਤੇ ਬਹਿ ਜਾ ਐ ਦੇ ਨਾ ਮੋਢੇ ਉਹ ਤੂੰ ਇੱਧਰ ਖੜ ਜਾ आओ जी ग्राउंड नंबर एक खेती शास्त्री की टीम के लिए पहुंच गई है और मैच जरा खेला जाएगा खुली आपकी टीम के नाल भी मैच बहुत तगड़ा लगना जी जल्दी दे नाल टीम आ जान ना यार हले कर दें भी उपर कर दें हूं देखो भाई किमें आ वॉलीबॉल शूटिंग ऑन फायर ठीक
शास्त्री जी भूले भर गए। मेरी बेनती है लहरी भाई सैरवे की ए टीम जीत गई है दसे आज मेरा वीर बन गए बड़े भाई भाई संदीप नोट कर देखो हाइट ऊपर कर दिया मैंने सारा साथ दे रहे तुम एक ना रेफरी आ दो मेरा वीर मैं अपना शुरू करवांगे जी मैं भी राज मित्र हाथ को ये बंड ठाकुर सन के वेलकम रे मैसी मालिक जस्से दे मैच ਕਰਤਾ ਪੁਆਇੰਟ ਪੁੱਛੀ ਕਿਹਨੇ 8 ਤੇ ਓਕੇ ਭਰਾ ਪਾਣੀ ਬਾਈ ਵਾਲੀਬਾਲ ਔਨ ਵਾਲੀਬਾਲ ਸ਼ੂਟਿੰਗ ਔਨ ਫਾਇਰ ਆ ਵੀਰੇ ਜ਼ੋਰ ਲੱਗਦਾ ਮੈਂ ਮੈਸੇਜ ਕੀਤਾ ਹੋਇਆ ਭਰਾ ਕਰਦੀ ਦੇ ਨਾਲ ਪਾਣੀ ਕਰਵਾ ਕਰਕੇ ਤੇ ਹੋਣੀ ਮੇਰੀ ਬੇਨਤੀ ਹੈ ਬਹੁਤ ਜ਼ੋਰ ਲੱਗਿਆ ਹੋਇਆ ਕੁੰਡਿਆਂ ਦਾ ਔਰ ਹੁਣ ਮੈਂ ਤੇ ਇਧਰ ਗਰਾਊਂਡ ਨੰਬਰ 1 ਦੇ ਵਿੱਚ ਬਹੁਤ ਚੋਟੀ ਦਾ ਖੇਡ ਰਹਾ ਹਾਂ ਪਟਾਕੇ ਜਿਹੜੇ ਪੂਰੇ ਪੈਣਗੇ ਇੱਕ ਪਾਸੇ ਖੁੱਲੀ ਆਉਣ ਦੀ ਟੀਮ ਆ ਗਈ ਹੈ और दूजे पास मैं तक रहा भी टीम जी बहुत तगड़ी बनी हुई है जो इसके टूर्नामेंट की दावेदार बनी जा रही है टीम यूपी शास्त्री की टीम आ गई है सैलना ए वाले मुंडे आ रहे वीर जी सैलना ए की टीम के खिलाड़ी आ जाओ एक नवा रेफरी आ रहे इधर एक होर नंबर बाबा जोगी पीर खेड़ की टीम के खाते में जा जुड़ गया कितने कितने ओके भाई ओके संदीप क्लियर चल रहा है ना भाई शेयर कर दो संदीप हेलो मैच तो बाद भाई दो ग्राउंड आ रहे दस तेरह पॉइंट है जी कुक नहीं करना दस आ तेरह सॉरी इन्हें दस रजिंदर ढिलों वेलकम भी आओ जी ग्यारह तेरह हो गए पॉइंट मैच बहुत तगड़ा खेडा जाएगा वीर जी जल्दी के नाल मैच शुरू करा दिए ग्राउंड नंबर 1 दे विच भी यूपी शास्त्री ते ठुल्ली आउंदी टीमां भी आ गईआं ने अपने कोल मेरी बेनती है साउंड वाला साडा वीर थोड़ी वॉल्यूम जिहड़ी डाउन कर लो जी मेरी गुजारिश है भरा बन गई आपां नूं कोई समस्या नहीं बोलण दे विच पर प्लेयर थोड़ा 13 10 आ वीरे 13 कुक नहीं करन नाल आ रही है बड़े चावे वीर ने खरीद होना मेरा वीर बन गया जरूर करो कृपा अपने किसी वालीबाल वाले भी है और मेरा भरा बन गए जुड़े हो पर भाई इधर बाबा जोगी पीर खेड़ी खुखड़ी करनाल का मैच जेड़ा चल रहा है इहदे नंबर वीरे लगना
ਗੁਰਪ੍ਰੀਤ ਰਾਏ ਕਿਵੇਂ ਗੋਪੀ ਵੀਰ ਸ਼ੇਅਰ ਕਰ ਦੇ ਮੇਰਾ ਵੀਰਾ ਤੇਰਾ ਇੰਚ ਪੁਆਇੰਟ ਨੇ ਜੀ ਥੈਂਕ ਯੂ ਜੀ ਥੈਂਕ ਯੂ ਵੈਲਕਮ 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 ਅਮਜਦ ਚੌਧਰੀ ਵੈਲਕਮ ਜੀ ਸੱਤਾ ਬਾਈ ਪਤਾ ਨਹੀਂ ਹਲੇ ਦਿਖਿਆ ਨਹੀਂ ਸੱਤਾ ਬਾਈ ਕਿਤੇ ਖੇੜੀ ਵਿੱਚ ਬਾਹਰੋਂ ਜੀ ਤੱਤੂ ਵੀਰਾ ਆਨੰਦਗੜ੍ਹ ਤੋਂ ਬਾਈ ਵਧੀਆ ਡਾਕਟਰ ਸਾਹਿਬ ਕੀ ਹਾਲ ਨੇ ਹਾਂ ਪਛਾਣ ਲਿਆ ਬਾਈ ਜਸਵੀਰ ਲਓ ਜੀ ਗੇਮ ਆ ਜੀ ਖੇੜੀ ਦਾ ਸਤਾਰਾਂ ਦਾ ਸੌਰੀ ਜੀ ਸਤਾਰਾਂ ਦਾ ਜੀ ਸਤਾਰਾਂ ਦਾ ਮੈਚ ਆ ਜੀ ਸਤਾਰਾਂ ਦਾ ਸੌਰੀ ਹੋਰ ਡਾਕਟਰ ਸਾਹਿਬ ਉਹ ਮੁੰਡਿਓ ਬਹੁਤ ਵਧੀਆ ਹੋਏ ਹਾਂ ਪਟਵਾਰੀ ਸਾਹਿਬ ਲਾਈਵ ਕਰ ਰਿਹਾ ਲਾਲੀ ਸੰਧੂ ਵੈਲਕਮ ਜੀ ਬਿਲਕੁਲ ਸੌਂਗ ਲਾਵਾਂਗੇ ਬਈ ਲਾਵਾਂਗੇ ਡਾਕਟਰ ਲਾਵਾਂਗੇ ਜ਼ਰੂਰ ਨਹੀਂ ਆਪਾਂ ਜਿੱਦੇ ਇਕੱਠੇ ਹੋਏ ਦੋਨੇ ਜਾਣੇ ਫਿਰ ਆਪਾਂ ਉਦੇ ਲਾ ਲਾਂਗੇ ਮੇਰੇ ਕੋਲ ਵੀਡੀਓ ਬਣਾਈ ਪਈ ਆ ਮੈਂ ਪਾਊਂਗਾ ਕੱਲ੍ਹ ਨੂੰ ਇੰਸਟਾ 'ਤੇ ਤਰਨਾ ਧਾਲੀਵਾਲ ਵੀਰੇ ਵੈਲਕਮ ਵੀਰੇ ਫਿਰ ਵੈਲਕਮ ਜੀ ਕੋਈ ਗੱਲ ਨੀ ਜ਼ਰੂਰ ਬੋਲਾਂਗੇ ਪਰ ਬਾਈ ਯਾਰ ਸਾਡੇ ਕੋਲ ਸੀ ਮੈਂ ਪਲੇਅਰ ਬਾਰੇ ਗੱਲ ਕਰਦਾ ਸੀ ਬੜੇ ਪਲੇਅਰ ਬਾਈ ਸਾਡੇ ਕੋਲ ਆਉਂਦੇ ਆ ਜਾਕੇ ਫਰੂਕ ਆ ਜਾਂਦੇ ਬਾਈ ਰੱਖੀ ਚੰਗੀ ਤਰ੍ਹਾਂ ਡਾਕਟਰ ਕਿਵੇਂ ਵੀਰੇ ਨਾਮ ਆਪਣਾ ਗੁਰਪਿੰਦਰ ਵੈਲਕਮ ਵੀਰੇ ਨਾਮ ਦੀ ਫਰਵਾਹੀ ਤੇ ਚੱਲ ਰਿਹਾ ਖੇੜੀ ਦਾ ਲਾਸਟ ਨੰਬਰ ਆ ਜੀ ਕੁਕੜੀ ਦਾ 13 7 ਲਾਸਟ ਪੁਆਇੰਟ ਆ ਜੀ ਕੁਕਰੀ ਦਾ ਸੋਰੀ ਖੇੜੀ ਦਾ ਲਾਸਟ ਆ ਕੁਕਰੀ ਦੇ 13 ਚੰਗੀ ਤਰ੍ਹਾਂ ਪਤਾ ਰਵੀ ਜੇ ਨੰਦਗੜੀਏ ਧੱਤੂ ਦੇ ਲੋਟ ਆ ਗਈ ਨਾ ਤੇ ਫੜਾ ਕੇ ਮੋੜ ਛੱਡੂਗਾ ਆਹ ਬੱਲੇ 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 13-16 ਤੇ ਜੀ ਗੇਮ ਚੇਂਜ ਆ ਉਧਰ 7 ਤੇ 8 ਦੀ ਟੱਕਰ ਆ
हो गया लगती जवानी चंगी हसदी खेल दी चक का पड़ापा जो सियानी गल करे इज्जत कुमारी बी जेड़ी कर रखे आओ सूरमे की शोभा जे मतने चंग लड़े ता सूरमे की शोभा जो मतने चंग लड़े ता मैच टिकाने का इधर खुली आल की टीम की टॉप की टीम है जीरो ते एक भी टकरा खुली आल का हले खाता नहीं खुलिया एक नंबर है यूपी शास्त्री की टीम का दो ते तेरा और तीन ते सत ते अठ का मुकाबला कोच साहब सत ते अठ नंबर ने उधरले पासे यूपी वाले कोच साहब भी तकड़े मैचा और सामने टक्कर कह रहे ग्राउंड नंबर और तीन दे विच पट्टी है सत तो अठ कौन कर रहा जो अठ तो नौ हो गए इतने टाइम दिया गल और बात जोड़िया हो गई मैच बराबरी पे है कौन नंबर अठ में जोड़ूगा ये मेरे मित्रों ने पता लग जाना है रवि जाट वेलकम भीरे गुरप्रीत आए चरणप्रीत राय वेलकम भीरे ग्राउंड नंबर चार की बाल जेडे वीर को पहुंच नहीं करते गेम बाल है जी गुरजीत मान वेलकम भीरे ਰਾਵੀ 14 ਦੇ 13 ਤੱਕ ਇਧਰਲੇ ਪਾਸੇ ਲਾਸਟ ਨੰਬਰ ਹੈ ਬਾਬਾ ਜੋਗੀ ਵੀਰ ਖੇੜੀਦਾ ਔਰ ਮੇਰੀ ਬੇਨਤੀ ਹੈ ਕਿ ਭਾਗ ਲਿਆ ਟਾਈਮਾਂ ਵੀ ਜਿਹੜੀਆਂ ਕੱਢ ਦੇ ਜੀ ਇੱਕ ਆਪਣੇ ਕੋਲ ਰਿਜ਼ਲਟ ਆਉਣ ਵਾਲਾ ਔਰ ਦੋ ਮੈਚ ਕੱਢ ਰਹੇ ਨੇ ਵੈਲਕਮ ਭਰਾ ਵੀ ਕੱਢਾਂਗੇ ਆਪਾਂ ਲਓ ਸਾਹਮਣੇ ਗਰਾਊਂਡ ਨੰਬਰ 14 ਦੇ ਵਿੱਚ ਲਓ ਜੀ ਖੇੜੀ ਜਿੱਤ ਗਈ ਲਾਰੀ ਪਾੜੀ